ਸੋ ਅੱਜ ਆਪਾਂ ਕੁਝ ਵਿਸ਼ੇਸ਼ ਜਿਹੜਾ ਆ ਉਹ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਸੁਣਨ ਤੇ ਸਿੱਖਣ ਵਾਲੇ ਹallelujah ਫਸਟ ਆਫ ਆਲ ਅਸੀਂ ਦੇਖਾਂਗੇ ਕਿ ਅੰਤਲੇ ਦਿਨਾਂ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਕੀ ਹੋਣ ਵਾਲੀ ਆ ਤੇ ਪਰਮੇਸ਼ਵਰ ਦਾ ਕਰੋਧ ਕਿਹੋ ਜਿਹਾ ਆਉਣ ਵਾਲਾ ਆ ਸਵਾ ਉਹ ਅਸੀਂ ਦੇਖਦੇ ਹਾਂ ਰਸੂਲਾਂ ਦੇ ਕੰਮ ਉਹਦਾ 2 ਨੰਬਰ ਅਧਿਆਏ ਦੇ ਉਦੀ 17 ਨੰਬਰ ਪੰਕਤੀ ਤੋਂ ਆਪਾਂ ਸ਼ੁਰੂ ਕਰਦੇ ਆਂ ਇੱਥੇ ਲਿਖਿਆ ਪਰਮੇਸ਼ਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਂ ਹੋਵੇਗਾ ਸਭ ਤੋਂ ਪਹਿਲਾਂ ਦੇਖੋ ਕੋਈ ਇਨਸਾਨ ਨਹੀਂ ਕਹਿ ਰਿਹਾ ਕਿ ਲਿਖਿਆ ਪਰਮੇਸ਼ਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਂ ਹੋਵੇਗਾ ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਅਤੇ ਤੁਹਾਡੇ ਪੁੱਤਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬੁੱਢੇ ਸੁਫਨੇ ਵੇਖਣਗੇ ਹਾਂ ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀ ਦਿਨੀ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ ਅਰ ਉਹ ਅਗੰਮ ਵਾਕ ਕਰਨਗੇ ਹallelujah ਅੱਜ ਦਾ ਵਚਨ ਇੱਕ ਵਾਦਾ ਆ ਪਰਮੇਸ਼ਵਰ ਦਾ ਜੇ ਤੁਸੀਂ ਚਾਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਸਕਦਾ ਆ ਜੇ ਤੁਸੀਂ ਚਾਹੋ ਤੁਹਾਡੇ ਮਾਤਾ ਪਿਤਾ ਦੀ ਜ਼ਿੰਦਗੀ ਵਿੱਚ ਵੀ ਪੂਰਾ ਹੋ ਸਕਦਾ ਆ ਜੇ ਤੁਸੀਂ ਚਾਹੋ ਤਾਂ ਤੁਹਾਡੇ 3 ਪੁੱਤਰਾਂ ਦੀ ਜ਼ਿੰਦਗੀ ਵਿੱਚ ਵੀ ਪੂਰਾ ਹੋ ਸਕਦਾ ਹੈ ਕਿਉਂਕਿ ਆਪਾਂ ਅਖੀਰਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਚੱਲ ਰਿਹਾ ਹੈ ਇਹ ਅੰਤਲੇ ਸਮੇਂ ਆ ਜਿਹੜੇ ਨਿਸ਼ਾਨ ਅੰਤਲੇ ਸਮੇਂ ਦੇ ਪਵਿੱਤਰ ਬਾਈਬਲ ਦੇ ਵਿੱਚ ਦੱਸੇ ਗਏ ਆ ਉਹਨਾਂ ਨਿਸ਼ਾਨਾਂ ਨੂੰ ਆਪਾਂ ਪੂਰਿਆਂ ਹੁੰਦਿਆਂ ਇਸ ਧਰਤੀ ਤੇ ਦੇਖ ਰਹੇ ਹਾਂ ਔਰ ਬਹੁਤ ਜਲਦ ਇਸ ਸੰਸਾਰ ਦਾ ਅੰਤ ਹੋਣ ਵਾਲਾ ਆ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਐਗਰੀ ਕਰਨ ਜਾਂ ਨਾ ਕਰਨ ਅਸੀਂ ਸਿਰਫ ਉਸ ਗੱਲ ਦੇ ਨਾਲ ਸਹਿਮਤ ਹੁੰਨੇ ਤੇ ਉਸ ਗੱਲ ਤੇ ਯਕੀਨ ਕਰਦੇ ਆ ਜਿਹੜੀ ਪਵਿੱਤਰ ਵਚਨ ਦੇ ਵਿੱਚ ਲਿਖੀ ਗਈ ਆ ਹਾਲੇਲੂਇਆ ਔਰ ਜੋ ਪਵਿੱਤਰ ਵਚਨ ਦੇ ਵਿੱਚ ਅੰਤਲੇ ਦਿਨਾਂ ਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ ਆ ਅਸੀਂ ਅੰਤਲੇ ਸਮੇਂ ਦੇ ਵਿੱਚ ਹੀ ਚੱਲ ਰਹੇ ਹਾਂ ਅਸੀਂ ਅੰਤਲੇ ਸਮੇਂ ਚ ਜੀ ਰਹੇ ਹਾਂ ਅਰ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਆਖਦਾ ਕਿ ਅੰਤਲੇ ਦਿਨਾਂ ਵਿੱਚ ਐਦਾਂ ਹੋਊਗਾ ਕਿਦਾਂ ਹੋਊਗਾ ਇਹ ਉਹਦੀ ਕਿਰਪਾ ਦਾ ਜ਼ਿਕਰ ਹੈ ਕਿੰਨਾ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਪਰਮੇਸ਼ਵਰ ਜੀ ਆਪਣੇ ਆਤਮਾ ਦੇ ਵਿੱਚੋਂ ਸਾਰੇ ਸਰੀਰਾਂ ਦੇ ਉੱਤੇ ਵਹਾ ਦੇਣਗੇ ਕਿਸ ਚੀਜ਼ ਨੂੰ ਆਪਣੇ ਆਤਮਾ ਨੂੰ ਪਰ ਬਹੁਤ ਸਾਰੇ ਲੋਕ ਆ ਉਹ ਚਰਚ ਦੇ ਵਿੱਚ ਆਉਂਦੇ ਆ ਲੰਬੇ ਸਮੇਂ ਤੋਂ ਆ ਰਹੇ ਆ ਪਰ ਉਹਨਾਂ ਦੇ ਉੱਤੇ ਪਰਮੇਸ਼ਵਰ ਜੀ ਦਾ ਆਤਮਾ ਨਹੀਂ ਕੰਮ ਕਰ ਰਿਹਾ ਹਲੇ ਉਹਨਾਂ ਨੂੰ ਪਤਾ ਵੀ ਨਹੀਂ ਆ ਕਿ ਪਰਮੇਸ਼ਵਰ ਦਾ ਜਿਹੜਾ ਆਤਮਾ ਆ ਉਹਦੀ ਸਿਆਣ ਕੀ ਆ ਉਹਦਾ ਸੁਭਾਅ ਕਿਦਾਂ ਦਾ ਜੋ ਉਹਨੂੰ ਪਹਿਚਾਣਿਆ ਕਿਦਾਂ ਜਾਣਾ ਹੈ ਉਹਨਾਂ ਨੂੰ ਹਲੇ ਇਸ ਚੀਜ਼ ਦਾ ਕੁਝ ਵੀ ਪਤਾ ਨਹੀਂ ਆ ਜੇ ਚੀਜ਼ ਦਾ ਸਾਨੂੰ ਪਤਾ ਨਾ ਹੋਏ ਉਸ ਚੀਜ਼ ਨੂੰ ਅਸੀਂ ਲੈ ਕਿਦਾਂ ਸਕਦੇ ਆ ਆਪਾਂ ਜਦੋਂ ਘਰ ਦੇ ਵਿੱਚ ਕੋਈ ਚੀਜ਼ ਲਿਆਉਣੀ ਹੋਵੇ ਤਾਂ ਆਪਾਂ ਕਿਹੜੀ ਚੀਜ਼ ਲੈ ਕੇ ਆਉਣੀ ਆ ਜਿਹਦੇ ਬਾਰੇ ਵਿੱਚ ਆਪਾਂ ਨੂੰ ਜਾਣਕਾਰੀ ਹੁੰਦੀ ਆ ਉਹੀ ਚੀਜ਼ ਆਪਾਂ ਆਪਣੇ ਘਰ ਚ ਲੈ ਕੇ ਆਉਣੀ ਆ ਜਿਸ ਕੰਮ ਬਾਰੇ ਆਪਾਂ ਨੂੰ ਜਾਣਕਾਰੀ ਹੁੰਦੀ ਉਹੀ ਕੰਮ ਆਪਾਂ ਕਰਦੇ ਆ ਅਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਸਾਡੇ ਅੰਗ ਸੰਗ ਹੋਏ ਪਰਮੇਸ਼ਵਰ ਦਾ ਆਤਮਾ ਸਾਡੇ ਉੱਤੇ ਹੋਏ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲਾਂ ਕਰੇ ਪਰ ਅਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਸਿਰਫ ਅਸੀਂ ਉਹਨੂੰ ਲੈਣਾ ਚਾਹੁੰਦੇ ਆ ਕਰਕੇ ਸਾਨੂੰ ਐਦਾਂ ਜਾਪਦਾ ਆ ਬਸ ਜਦੋਂ ਪਰਮੇਸ਼ਵਰ ਦਾ ਆਤਮਾ ਆ ਗਿਆ ਫਿਰ ਅਸੀਂ ਜਿਹੜੇ ਆ ਸ਼ਹਿਨਸ਼ਾ ਬਣ ਜਾਣਾ ਆ ਸੱਚੀ ਗੱਲ ਹੈ ਜਦੋਂ ਪਰਮੇਸ਼ਵਰ ਦਾ ਆਤਮਾ ਆ ਗਿਆ ਤੁਸੀਂ ਸ਼ਹਿਨशाह ਬਣ ਜਾਣਾ ਹੈ ਕੋਈ ਝੂਠੀ ਗੱਲ ਨਹੀਂ ਹੈ ਇਹ ਤੁਹਾਡੀ ਇਮੇਜਿਨੇਸ਼ਨ ਜਿਹੜੀ ਆ ਤੁਹਾਡੀ ਕਲਪਨਾ ਜਿਹੜੀ ਆ ਉਹ ਬਿਲਕੁਲ ਸਹੀ ਆ ਪਰ ਪਰਮੇਸ਼ਵਰ ਦੇ ਆਤਮਾ ਨੂੰ ਆਪਾਂ ਲੈਣਾ ਕਿਵੇਂ ਆ ਪਰਮੇਸ਼ਵਰ ਜੀ ਨੇ ਤਾਂ ਪ੍ਰੋਮਿਸ ਕੀਤਾ ਮੈਂ ਅੰਤਲੇ ਦਿਨਾਂ ਦੇ ਵਿੱਚ ਆਪਣੇ ਆਤਮਾ ਨੂੰ ਸਾਰੇ ਸਰੀਰਾਂ ਤੇ ਵਹਾ ਦਿਆਂਗਾ ਕਿਹੜੇ ਸਾਰੇ ਸਰੀਰ ਆ ਜਿਹੜੇ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਹੋਣਗੇ ਜਿਹੜੇ ਪਰਮੇਸ਼ਵਰ ਜੀ ਦੇ ਹੁਕਮਾਂ ਦੀ ਪਾਲਣਾ ਕਰਨਗੇ ਪਰਮੇਸ਼ਵਰ ਦੇ ਸੁਭਾਅ ਦੇ ਵਿੱਚ ਰਹਿਣਗੇ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਜੀਣਗੇ ਉਹਨਾਂ ਦੇ ਉੱਤੇ ਪਰਮੇਸ਼ਵਰ ਦਾ ਆਤਮਾ ਵਹਾ ਦਿੱਤਾ ਜਾਊਗਾ ਤੁਸੀਂ ਸੋਚ ਕੇ ਦੇਖੋ ਪਰਮੇਸ਼ਵਰ ਦਾ ਆਤਮਾ ਮਨੁੱਖਾਂ ਦੇ ਉੱਤੇ ਵਹਾ ਦਿੱਤਾ ਜਾਊਗਾ ਬੜੀ ਜ਼ਬਰਦਸਤ ਗੱਲ ਆ ਇਹ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਆ ਕਿ ਪਰਮੇਸ਼ਵਰ ਦਾ ਆਤਮਾ ਉਸ ਪਰਮੇਸ਼ਵਰ ਦਾ ਆਤਮਾ ਜਿਨ ਨੇ ਸਾਰੀ ਕਾਇਨਾਤ ਨੂੰ ਬਣਾਇਆ ਪਰਮੇਸ਼ਵਰ ਆਪਣੇ ਉਸ ਆਤਮਾ ਨੂੰ ਜਿਹੜਾ ਸਾਰੀਆਂ ਗੱਲਾਂ ਦੇ ਲਈ ਜਾਣਕਾਰ ਆ ਉਸ ਆਤਮਾ ਨੂੰ ਉਹ ਮਨੁੱਖਾਂ ਦੇ ਉੱਤੇ ਵਹਾ ਦੇਣ ਦੇ ਲਈ ਡੋਲ ਦੇਣ ਦੇ ਲਈ ਉੜੇਲ ਦੇਣ ਦੇ ਲਈ ਲੱਦ ਦੇਣ ਦੇ ਲਈ ਪਾ ਦੇਣ ਦੇ ਲਈ ਤਿਆਰ ਆ ਉਸ ਤੋਂ ਕੀਮਤੀ ਇਸ ਕਾਇਨਾਤ ਦੇ ਵਿੱਚ ਕੁਝ ਨਹੀਂ ਆ ਅਸੀਂ ਧਨ ਕਮਾ ਕੇ ਸੋਨਾ ਖਰੀਦ ਸਕਦੇ ਹਾਂ ਹੀਰਿਆਂ ਦਾ ਹਾਰ ਵੀ ਖਰੀਦ ਸਕਦੇ ਹਾਂ ਜ਼ਮੀਨਾਂ ਖਰੀਦ ਸਕਦੇ ਹਾਂ ਪਰ ਅਸੀਂ ਧਨ ਦੇ ਜ਼ੋਰ ਨਾਲ ਬਾਹਾਂ ਦੇ ਜ਼ੋਰ ਦੇ ਨਾਲ ਰਤਬੇ ਦੇ ਜ਼ੋਰ ਦੇ ਨਾਲ ਪਰਮੇਸ਼ਵਰ ਦੇ ਆਤਮਾ ਨੂੰ ਕਦੀ ਵੀ ਖਰੀਦ ਨਹੀਂ ਸਕਦੇ ਇੰਨਾ ਜ਼ਿਆਦਾ ਕੀਮਤੀ ਆ ਇੰਨਾ ਜ਼ਿਆਦਾ ਕੀਮਤੀ ਆ ਕਿ ਅਗਰ ਕੋਈ ਇਸ ਧਰਤੀ ਦਾ ਸ਼ੈਨਸ਼ਾ ਜਿਹੜਾ ਕਹੇ ਵੀ ਮੈਂ 100 ਦੇਸ਼ ਦੇ ਉੱਤੇ ਦਾ ਮਾਲਕ ਆ 100 ਦੇਸ਼ ਮੇਰੇ ਕੰਟਰੋਲ 'ਚ ਆ ਤੇ ਮੈਂ 100 ਦੇਸ਼ ਨੂੰ ਵੇਚ ਕੇ ਪਰਮੇਸ਼ਵਰ ਦਾ ਆਤਮਾ ਲੈ ਲਵਾਂ ਤੇ ਉਹਦਾ ਧਨ ਵੀ ਥੋੜਾ ਆ ਪਰਮੇਸ਼ਵਰ ਦਾ ਆਤਮਾ ਲੈਣ ਦੇ ਲਈ ਇੰਨਾ ਕੀਮਤੀ ਆ ਪਰਮੇਸ਼ਵਰ ਦਾ ਆਤਮਾ ਪਰ ਸਾਡੇ ਲਈ जिन्नां नु ਪਰਮੇਸ਼ਵਰ ਨੇ ਚੁਣਿਆ ਆ ਜਿन्नां नु ਪਰਮੇਸ਼ਵਰ ਨੇ ਸੱਦਿਆ ਆ ਉਹਨਾਂ ਦੇ ਲਈ ਪਰਮੇਸ਼ਵਰ ਨੇ ਇੰਨਾ ਸੁਖਾਲਾ ਰਾਹ ਦਿੱਤਾ ਆ ਉਸ ਆਤਮਾ ਨੂੰ ਲੈਣ ਦੇ ਲਈ ਜਿਸ ਆਤਮਾ ਨੂੰ ਇਸ ਧਰਤੀ ਦੇ ਸ਼ਹਿਨशाह ਪਾਦਸ਼ਾਹ ਵੀ ਨਹੀਂ ਪ੍ਰਾਪਤ ਕਰ ਸਕਦੇ ਸਾਡੇ ਲਈ ਠਹਿਰਾਇਆ ਆ ਅਰ ਉਹ ਰਾਹ ਆ ਆਗਿਆਕਾਰੀ ਕਰਨਾ ਪਰਮੇਸ਼ਵਰ ਦੀ ਆਗਿਆਕਾਰੀ ਕਰਨਾ ਅਗਰ ਅਸੀਂ ਅੱਜ ਤੋਂ ਹੀ ਇਹ ਮਨ ਬਣਾ ਲਈਏ ਕਿ ਅਸੀਂ ਪਰਮੇਸ਼ਵਰ ਜੀ ਦੇ ਬਚਨ ਦੀ ਆਗਿਆਕਾਰੀ ਕਰਾਂਗੇ ਅੱਜ ਤੋਂ ਹੀ ਤੁਹਾਡੇ ਲਈ ਪਰਮੇਸ਼ਵਰ ਦੇ ਆਤਮਾ ਦਾ ਐਲਾਨ ਕਰ ਦਿੱਤਾ ਜਾਊਗਾ ਔਰ ਜਿਵੇਂ ਜਿਵੇਂ ਤੁਸੀਂ ਉਸ ਆਗਿਆਕਾਰੀ ਦੇ ਵਿੱਚ ਸੰਪੰਨ ਹੁੰਦੇ ਜਾਓਗੇ ਪੂਰੇ ਹੁੰਦੇ ਜਾਓਗੇ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰਨਾ ਸ਼ੁਰੂ ਕਰਦੇ ਹੋਗੇ ਦੇਖਣਾ ਸ਼ੁਰੂ ਕਰਦੇ ਹੋਗੇ ਅਰ ਜਦੋਂ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਉਹ ਆਤਮਾ ਆਪ ਤੁਹਾਡੇ ਨਾਲ ਕਾਉਂਸਲਿੰਗ ਕਰੇਗਾ ਆਪ ਗੱਲਬਾਤ ਕਰੇਗਾ ਆਪ ਤੁਹਾਡੀ ਅਗਵਾਈ ਕਰੇਗਾ ਡੁਆਇਨ ਹੈਲਪਰ ਬਣ ਕੇ ਤੁਹਾਨੂੰ ਹਰ ਸਮੱਸਿਆ ਚੋਂ ਬਾਹਰ ਕੱਢੇਗਾ ਯਿਸੂ ਦੇ ਨਾਮ ਦੇ ਵਿੱਚ ਕੀ ਤੁਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲਾਂ ਕਰੇ ਤੁਸੀਂ ਚਾਹੁੰਦੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਜਾਵੇ ਕਿੰਨੇ ਜਣੇ ਚਾਹੁੰਦੇ ਆ ਸਾਰੇ ਹੀ ਚਾਹੁੰਦੇ ਪ੍ਰਭੂ ਦੀ ਬੜੀ ਆਈ ਹੋਵੇ ਫੇਰ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੀ ਚੱਲਣਾ ਪੈਣਾ ਹੈ ਕੋਈ ਐਕਸਕਿਊਜ਼ ਨਹੀਂ ਅਗਰ ਅਸੀਂ ਚਾਹਨੇ ਆ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਰਹੇ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲਾਂ ਕਰੇ ਪਰਮੇਸ਼ਵਰ ਦਾ ਆਤਮਾ ਸਾਡੇ ਦੁਆਰਾ ਕੰਮ ਕਰੇ ਤਾਂ ਅੱਜ ਫਿਰ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰ ਲੋ ਕਿ ਪ੍ਰਭੂ ਅੱਜ ਤੋਂ ਲਾ ਕੇ ਅਸੀਂ ਉਹੀ ਕੰਮ ਕਰਾਂਗੇ ਜਿਹੜੇ ਕੰਮ ਕਰਨ ਦੇ ਲਈ ਤੇਰਾ ਵਚਨ ਸਾਨੂੰ ਅਨੁਮਤੀ ਦਿੰਦਾ ਆ ਜਿਹੜੇ ਕੰਮ ਕਰਨ ਦੀ ਪਰਮਿਸ਼ਨ ਸਾਨੂੰ ਵਰਡ ਆਫ ਗੋਡ ਦਿੰਦਾ ਆ ਜਿਹੜਾ ਕੰਮ ਮਨਾ ਕਰ ਦਿੱਤਾ ਪਵਿੱਤਰ ਵਚਨ ਦੇ ਵਿੱਚ ਉਹ ਆਪਾਂ ਨਹੀਂ ਕਰਨਾ ਕਿੰਨੇ ਜਾਣੇ ਪ੍ਰੋਮਿਸ ਕਰਦੇ ਆ ਮੇਰੇ ਨਾਲ ਕਿਸੇ ਨੇ ਨਹੀਂ ਕਰਨਾ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰਨਾ ਕਿਉਂਕਿ ਤੁਹਾਡੇ ਹੱਥ ਦੇਖ ਕੇ ਮੈਨੂੰ ਨਹੀਂ ਮੇਰੇ ਰੱਬ ਨੂੰ ਖੁਸ਼ੀ ਹੁੰਦੀ ਆ ਹਾਲੇਲੂਇਆ ਜਦੋਂ ਅਸੀਂ ਇੱਕ ਕਦਮ ਚੰਗੇ ਕੰਮ ਦੇ ਲਈ ਪਰਮੇਸ਼ਵਰ ਦੇ ਵੱਲ ਨੂੰ ਵਧਾਉਨੇ ਆ ਕਿ ਅਸੀਂ ਚੰਗੇ ਬਣਨਾ ਆ ਪਰਮੇਸ਼ਵਰ 10 ਕਦਮ ਤੁਹਾਨੂੰ ਖਿੱਚ ਕੇ ਉਸ ਕੰਮ ਵੱਲ ਨੂੰ ਲੈ ਤੁਰਦੇ ਆ ਉਹ ਸਾਡਾ ਬਾਲਿਆ ਉਹ ਸਾਡਾ ਜੋਰ ਆ ਉਹ ਸਾਡੀ ਫਤਿਹ ਆ ਤੇ ਉਹ ਸਾਡੀ ਫਤਿਹ ਦਾ ਸਿੰਘ ਆ ਤੁਸੀਂ ਅੱਜ ਇਰਾਦਾ ਕਰੋਗੇ ਕਿ ਮੈਂ ਕੋਈ ਉਹ ਕੰਮ ਨਹੀਂ ਕਰਨਾ ਜਿਹੜਾ ਪਰਮੇਸ਼ਵਰ ਮੈਨੂੰ অনুমতি ਨਹੀਂ ਦਿੰਦੇ ਜਿਹਦੀ ਆਗਿਆ ਮੈਨੂੰ ਨਹੀਂ ਮਿਲੀ ਪਰਮੇਸ਼ਵਰ ਤੁਹਾਡੀ ਆਪ ਮਦਦ ਕਰਨਗੇ ਉਹਨਾਂ ਕੰਮਾਂ ਨੂੰ ਛੱਡਣ ਦੇ ਵਿੱਚ ਤੁਸੀਂ ਅੱਜ ਹੀ ਇਰਾਦਾ ਕਰੋ ਕਿ ਅਸੀਂ ਪਰਮੇਸ਼ਵਰ ਜੀ ਦੇ ਕੰਮਾਂ ਨੂੰ ਕਰਨਾ ਜਿਹੜੇ ਕੰਮ ਕਰਨ ਦੇ ਲਈ ਪਰਮੇਸ਼ਵਰ ਨੇ ਸਾਨੂੰ ਕੱਲਿਆ ਪਰਮੇਸ਼ਵਰ ਤੁਹਾਡੀ ਆਪ ਮਦਦ ਕਰਨਗੇ ਉਹਨਾਂ ਕੰਮਾਂ ਨੂੰ ਪੂਰਿਆਂ ਕਰਨ ਦੇ ਵਿੱਚ ਜਿਹੜੇ ਪਰਮੇਸ਼ਵਰ ਤੁਹਾਡੇ ਤੋਂ ਲੈਣਾ ਚਾਹੁੰਦੇ ਆ ਅਗਰ ਕੁਝ ਸਾਡੇ ਕੋਲੋਂ ਛੁੱਟ ਨਹੀਂ ਹੋ ਰਿਹਾ ਉਹਦੇ ਵਿੱਚ ਢਿੱਲ ਪਰਮੇਸ਼ਵਰ ਦੇ ਵੱਲੋਂ ਨਹੀਂ ਸਾਡੇ ਵੱਲੋਂ ਅਸੀਂ ਫੜਿਆ ਹੋਇਆ ਆ ਉਹਨੂੰ ਕਿਸੇ ਦਾ ਗੁੱਸੇ ਵਾਲਾ ਸੁਭਾਅ ਹੋ ਸਕਦਾ ਉਹ ਨਾ ਜਾ ਰਿਹਾ ਹੋਏ ਉਹਨੂੰ ਗੱਲ-ਗੱਲ ਤੇ ਗੁੱਸਾ ਆਉਂਦਾ ਹੋਵੇ ਕਿਸੇ ਨੂੰ ਨਸ਼ੇ ਨਾ ਛੁੱਟ ਰਹੇ ਹੋਣ ਜਾਂ ਹੋਰ ਕਈ ਚੀਜ਼ਾਂ ਹੋ ਸਕਦੀਆਂ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਸਮਰਪਿਤ ਕਰ ਦਿਓ ਪਰਮੇਸ਼ਵਰ ਦੇ ਅੱਗੇ ਛੱਡ ਦਿਓ ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਅੱਜ ਤੋਂ ਮੈਂ ਇਹ ਨਸ਼ਾ ਨਹੀਂ ਕਰਾਂਗਾ ਚਾਹੇ ਇਹ ਨਸ਼ਾ ਕਰਨ ਦੇ ਨਾਲ ਮੈਨੂੰ ਕੋਈ ਦਿੱਕਤ ਆਵੇ ਜਾਂ ਨਾ ਆਵੇ ਪਰ ਮੈਂ ਨਹੀਂ ਕਰਾਂਗਾ ਪਿੱਛੇ ਹੋ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਕੋਈ ਪਰੇਸ਼ਾਨੀ ਨਹੀਂ ਹੋਣੀ ਪਰਮੇਸ਼ਵਰ ਨੇ ਆਪ ਤੁਹਾਡੀ ਮਦਦ ਕਰ ਦੇਣੀ ਕਿਉਂਕਿ ਤੁਸੀਂ ਆਪਣਾ ਆਪ ਕਿਹਦੇ ਹੱਥਾਂ ਵਿੱਚ ਦੇ ਦਿੱਤਾ ਆ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਹੀਰਾ ਕੋਲਿਆਂ ਦੀ ਖਾਨ ਦੇ ਵਿੱਚ ਪਿਆ ਹੁੰਦਾ ਪੱਥਰਾਂ ਹੇਠਾਂ ਦੱਬਿਆ ਕੋਲੇ ਦੇ ਹੇਠਾਂ ਦੱਬਿਆ ਸਵਾਹ ਹੇਠਾਂ ਦੱਬਿਆ ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਦੋਂ ਉਹਨੂੰ ਕੱਢਿਆ ਜਾਂਦਾ ਆ ਉਹ ਉਸੇ ਹੀ ਤਰ੍ਹਾਂ ਉਹਦੀ ਚਮਕ ਨਹੀਂ ਹੁੰਦੀ ਜੇਸ ਤਰੀਕੇ ਦੀ ਚਮਕ ਸਾਨੂੰ ਬਾਅਦ 'ਚੋਂ ਨਜ਼ਰ ਆਉਂਦੀ ਆ ਉਹ ਅਸਲ ਵਿੱਚ ਉਹਦੀ ਕੀਮਤ ਕਦੋਂ ਜਾ ਕੇ ਬਣਦੀ ਆ ਜਦੋਂ ਕਾਰੀਗਰ ਦੇ ਹੱਥਾਂ ਦੇ ਵਿੱਚ ਆ ਜਾਂਦਾ ਆ ਜਦੋਂ ਉਹਦੇ ਹੱਥਾਂ ਵਿੱਚ ਆ ਜਾਂਦਾ ਜਿੰਨੂੰ ਉਹਦੀ ਸਿਆਣ ਆ ਜਿਹੜਾ ਉਹਨੂੰ ਢਾਲ ਸਕਦਾ ਕਿਸੇ ਰੂਪ ਵਿੱਚ ਕਿਸੇ ਆਕਾਰ ਦੇ ਵਿੱਚ ਉਦੋਂ ਉਸ ਹੀਰੇ ਦੀ ਕਦਰ ਪੈ ਜਾਂਦੀ ਅਦਰਵਾਇਜ਼ ਜੇਕਰ ਹੀਰਾ ਆਪਣੀ ਅਸਲੀ ਫਾਰਮ ਦੇ ਵਿੱਚ ਪਿਆ ਹੋਇਆ ਸਾਨੂੰ ਕਿਤੇ ਮਿਲ ਜਵੇ ਮੇਰੇ ਖਿਆਲ ਆਪਾਂ ਚੱਕਣਾ ਵੀ ਨਹੀਂ ਆਪਾਂ ਨੂੰ ਉਹਦੀ ਸਿਆਣ ਹੀ ਨਹੀਂ ਹੋਣੀ ਪਰ ਜਦੋਂ ਉਹ ਤਰਾਸ਼ਿਆ ਜਾਂਦਾ ਆ ਨਿਕਾਸ਼ਿਆ ਜਾਂਦਾ ਆ ਫਿਰ ਅਸੀਂ ਉਹਦੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਕਿੰਨਾ ਧਨ ਜੋੜ ਕੇ ਉਸ ਕਾਰੀਗਰ ਨੂੰ ਦਿੰਨੇ ਆ ਕਿ ਸਾਨੂੰ ਦੇ ਦੇ ਐਸੀ ਤਰ੍ਹਾਂ ਅਸੀਂ ਇਸ ਸੰਸਾਰ ਦੇ ਚਿੱਕੜ ਦੇ ਵਿੱਚ ਆ ਇਸ ਸੰਸਾਰ ਦੀ ਗੰਦਗੀ ਦੇ ਵਿੱਚ ਆ ਇਸ ਸੰਸਾਰ ਦੇ ਪਾਪ ਦੇ ਵਿੱਚ ਆ ਲਿਬੜੇ ਹੋਏ ਆ ਹੱਲੇ ਸਾਡੇ ਅੰਦਰ ਜਿਹੜਾ ਚਾਨਣ ਆ ਜਿਸ ਚਾਨਣ ਦੇ ਲਈ ਸਾਨੂੰ ਪਰਮੇਸ਼ਵਰ ਨੇ ਚੁਣਿਆ ਉਹ ਹੋਰਾਂ ਨੂੰ ਨਜ਼ਰ ਆਉਂਦਾ ਨਹੀਂ ਪਰ ਜਦੋਂ ਅਸੀਂ ਉਸ ਕਾਰੀਗਰ ਦੇ ਹੱਥ ਵਿੱਚ ਚਲੇ ਜਾਈਏ ਜੇ ਇਸ ਕਾਰੀਗਰ ਨੂੰ ਸਾਡਾ ਪਤਾ ਆ ਕਿ ਉਹ ਸਾਨੂੰ ਕਿੱਦਾਂ ਚੰਗੇ ਰੂਪ ਚ ਢਾਲ ਸਕਦਾ ਆ ਕਿੱਦਾਂ ਸਾਨੂੰ ਸਹੀ ਆਕਾਰ ਦੇ ਸਕਦਾ ਫਿਰ ਐਸੇ ਹੀ ਜਿਹੜਾ ਕੋਲਾ ਆ ਨਾ ਇਹਨੂੰ ਹੀਰਾ ਬਣਾ ਕੇ ਉਹਨੇ ਸਾਹਮਣੇ ਰੱਖ ਦੇਣਾ ਆ ਇਸ ਲਈ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦਿਓ ਉਹਦੇ ਨਾਲੋਂ ਵਧੀਆ ਕਾਰੀਗਰ ਕੋਈ ਨਹੀਂ ਆ ਉਹ ਸਾਡਾ ਮੁੱਲ ਪਾਉਂਦਾ ਆ ਅਰ ਇੰਨਾ ਮੁੱਲ ਜ਼ਬਰਦਸਤ ਉਹਨੇ ਸਾਡਾ ਪਾਇਆ ਕਿ ਸੰਸਾਰ ਦਾ ਕੋਈ ਵਿਅਕਤੀ ਸਾਡਾ ਮੁੱਲ ਨਹੀਂ ਪਾ ਸਕਦਾ ਆਪਣੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਦੇਕੇ ਉਹਨੇ ਸਾਨੂੰ ਮੁੱਲ ਖਰੀਦ ਲਿਆ ਪਾਪ ਦੇ ਹੱਥੋਂ ਬੁਰਾਈ ਦੇ ਹੱਥੋਂ ਸਰਾਪ ਦੇ ਹੱਥੋਂ ਉਹਨੇ ਸਾਨੂੰ ਖਰੀਦ ਲਿਆ ਹੁਣ ਕੋਈ ਹੋਰ ਐਹੋ ਜਿਹਾ ਲਹੂ ਨਹੀਂ ਆ ਜਿਹੜਾ ਸਾਨੂੰ ਖਰੀਦ ਸਕੇ ਹallelujah ਅਰ ਪਰਮੇਸ਼ਵਰ ਦਾ ਪ੍ਰੋਮਿਸ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਮੁੱਲ ਖਰੀਦੇ ਗਏ ਆ ਕਿ ਮੈਂ ਆਪਣਾ ਆਤਮਾ ਉਹਨਾਂ ਦੇ ਉੱਤੇ ਵਹਾ ਦਿਆਂਗਾ ਫਿਰ ਉਹਦੇ ਵਿੱਚ ਕੋਈ ਉਮਰ ਦੀ ਲਿਮਟ ਨਹੀਂ ਦਿੱਤੀ ਗਈ ਕਿ ਉਹ ਜਿਹੜੇ ਆ ਉਹ ਬਜ਼ੁਰਗ ਹੀ ਹੋਣਗੇ ਕਿ ਉਹਨਾਂ ਦਾ ਐਕਸਪੀਰੀਅੰਸ ਜਿਆਦਾ ਤਜਰਬਾ ਜਿਆਦਾ ਪਰ ਉਹ ਕੀ ਕਹਿੰਦਾ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ਤੁਹਾਡੇ ਪੁੱਤਰ ਅਰ ਤੁਹਾਡੀਆਂ ਧੀਆ ਅਗੰਮ ਵਾਕ ਕਰਨਗੇ ਅਗਮ ਵਾਕ ਮੀਨਸ ਆਉਣ ਵਾਲੇ ਸਮੇਂ ਦੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਉਹ ਕਰਨਗੇ ਕਿ ਹੁਣ ਐਡਾ ਹੋਣ ਵਾਲਾ ਆ ਹੁਣ ਐਡਾ ਹੋਣ ਵਾਲਾ ਆ ਪਰਮੇਸ਼ਵਰ ਦਾ ਆਤਮਾ ਆਪਨ ਆਪਣੇ ਲਈ ਇਸ ਲਈ ਦਿੱਤਾ ਗਿਆ ਕਿ ਅਸੀਂ ਆਉਣ ਵਾਲੀਆਂ ਤਬਾਹੀਆਂ ਤੋਂ ਸੁਚੇਤ ਹੋ ਜਾਈਏ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਭਿਆਨਕ ਕੰਮਾਂ ਤੋਂ ਸੁਚੇਤ ਹੋ ਜਾਈਏ ਕਹਿੰਦਾ ਸਭਨਾ ਗੱਲਾਂ ਦੇ ਵਿਖੇ ਉਹ ਤੁਹਾਡੀ ਅਗਵਾਈ ਕਰੇਗਾ ਸਾਰੀਆਂ ਗੱਲਾਂ ਦੇ ਵਿੱਚ ਉਹਨੇ ਸਾਡੀ ਅਗਵਾਈ ਕਰਨੀ ਵੀ ਆ ਤੂੰ ਕਰੀ ਤੇ ਆ ਤੂੰ ਨਾ ਕਰੀ ਜਦੋਂ ਅਸੀਂ ਗਲਤ ਕਰਨ ਲੱਗਣਾ ਉਹਨੇ ਕਹਿਣਾ ਐਦਾਂ ਨਾ ਕਰੀ ਜਦੋਂ ਅਸੀਂ ਠੀਕ ਕਰਨ ਲੱਗਣਾ ਉਹਨੇ ਸਾਨੂੰ ਹੱਲਾਸ਼ੇਰੀ ਦੇਣੀ ਉਹਨੇ ਕਹਿਣਾ ਕਰ ਲਾ ਕਰ ਲਾ ਇਹੀ ਤੇਰੇ ਲਈ ਸਹੀ ਆ ਪਰ ਅਸੀਂ ਉਹਦੇ ਸਿਆਣ ਕਿੱਦਾਂ ਕਰਨੀ ਆ ਜੇ ਅਸੀਂ ਵਚਨ ਨੂੰ ਪੜਾਂਗੇ ਤਾਂ ਅਸੀਂ ਪਵਿੱਤਰ ਆਤਮਾ ਨੂੰ ਸਿਆਣ ਸਕਣਾ ਮੇਰੇ ਦੱਸਣ ਨਾਲ ਤੁਹਾਨੂੰ ਉਹਦੀ ਸਮਝ ਨਹੀਂ ਆਉਣੀ ਨਾ ਕਿਸੇ ਹੋਰ ਦੇ ਸਮਝਾਉਣ ਨਾਲ ਤੁਹਾਨੂੰ ਸਮਝ ਆਉਣੀ ਜਦੋਂ ਤੱਕ ਪਰਮੇਸ਼ਵਰ ਦਾ ਵਚਨ ਤੁਹਾਡੇ ਉੱਤੇ ਚਾਨਣ ਨਾ ਪਾ ਦੇ ਉਦੋਂ ਤੱਕ ਤੁਸੀਂ ਪੁੱਤਰ ਆਤਮਾ ਨੂੰ ਸਿਆਣ ਨਹੀਂ ਸਕਦੇ ਇਸ ਲਈ ਪਰਮੇਸ਼ਵਰ ਦਾ ਵਚਨ ਅੱਜ ਤੁਹਾਡੇ ਹੱਥਾਂ ਵਿੱਚ ਆ ਇਹਨੂੰ ਆਪਣੇ ਅੰਦਰ ਲੈ ਲਵੋ ਇੰਨਾ ਕਿ ਇਹਨੂੰ ਆਪਣੇ ਅੰਦਰ ਲੈ ਲਵੋ ਕਿ ਆਪਣੇ ਧੀਆਂ ਪੁੱਤਰਾਂ ਨੂੰ ਤੁਸੀਂ ਮੂੰਹ ਜਬਾਨੀ ਸਾਰਾ ਵਚਨ ਜਿਹੜਾ ਆ ਸਮਝਾ ਸਕੋ ਇੰਨਾ ਵਚਨ ਤੁਹਾਡੇ ਅੰਦਰ ਸਟੋਰ ਹੋ ਜਾਣਾ ਚਾਹੀਦਾ ਆ ਇਸ ਤੋਂ ਪਹਿਲਾਂ ਕਿ ਉਸ ਸਮਾਂ ਬਾਕੀ ਨਾ ਰਹੇ ਕਿ ਸਾਡੇ ਬੱਚੇ ਕਿਤੇ ਉਹ ਬਾਈਬਲ ਲੈਣ ਦੇ ਲਈ ਤਰਸਣ ਇਸ ਸਮੇਂ ਨੂੰ ਕੈਸ਼ ਕਰ ਲੋ ਇਸ ਸਮੇਂ ਦਾ ਲੁਤਫੂ ਉਠਾ ਲੋ ਵਚਨ ਨੂੰ ਆਪਣੇ ਅੰਦਰ ਭਰ ਲਵੋ ਅਰ ਪਰਮੇਸ਼ਰ ਨੂੰ ਕਹਿਣਾ ਸ਼ੁਰੂ ਕਰੋ ਪ੍ਰਭੂ ਤੇਰਾ ਆਤਮਾ ਮੇਰੇ ਉੱਤੇ ਵਹਿ ਜਾਵੇ ਤੇਰਾ ਆਤਮਾ ਮੇਰੇ ਧੀਆਂ ਪੁੱਤਰਾਂ ਦੇ ਉੱਤੇ ਵਹਿ ਜਾਵੇ ਕਿਉਂਕਿ ਪਰਮੇਸ਼ਵਰ ਦੇ ਆਤਮਾ ਨੂੰ ਪਰਮੇਸ਼ਵਰ ਦਾ ਇੱਕ ਇੱਕ ਵਚਨ ਚੇਤੇ ਆ ਉਹਨੂੰ ਕੁਝ ਨਹੀਂ ਭੁੱਲਿਆ ਸਾਡੀ ਮੈਮਰੀ ਭੁੱਲ ਸਕਦੀ ਆ ਸਾਡੀ ਯਾਦਸ਼ਤ ਚੋਂ ਨਿਕਲ ਸਕਦਾ ਪਰਮੇਸ਼ਵਰ ਦੇ ਆਤਮਾ ਦੀ ਯਾਦਸ਼ਤ ਬਹੁਤ ਤਕੜੀ ਉੱਚੋ ਕੁਝ ਨਹੀਂ ਨਿਕਲਣਾ ਇਸ ਲਈ ਪਰਮੇਸ਼ਵਰ ਦੇ ਆਤਮਾ ਦਾ ਸਾਡੇ ਉੱਤੇ ਹੋਣਾ ਸਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਦੁੱਖ ਸੁੱਖ ਆਉਂਦੇ ਜਾਂਦੇ ਰਹਿਣੇ ਆ ਦੁੱਖਾਂ 'ਚ ਰਹਿਣਾ ਰੀਅਲੀ ਔਖਾ ਆ ਬਹੁਤ ਔਖਾ ਆ ਮੈਂ ਤੁਹਾਡੇ ਦੁੱਖਾਂ ਨੂੰ ਨਾ ਥੋੜਾ ਕਹਿੰਨੀ ਆ ਨਾ ਝੂਠਾ ਕਹਿੰਨੀ ਆ ਪਰ ਦੁੱਖਾਂ ਦਾ ਹੋਣਾ ਸੁੱਖਾਂ ਦਾ ਹੋਣਾ ਜਿੰਦੇ ਹੋਣਾ ਪ੍ਰਤੀਤ ਆ ਕਿ ਅਸੀਂ ਜੀਂਦੇ ਆ ਜਦੋਂ ਮਰ ਜਾਂਦੇ ਆ ਫਿਰ ਦੁੱਖ ਵੀ ਮੁੱਕ ਗਏ ਸੁੱਖ ਵੀ ਮੁੱਕ ਗਏ ਇਸ ਜਿਸਮ ਦੇ ਲਈ ਫੇਰ ਤਾਂ ਉਦੋਂ ਜਾ ਕੇ ਪਤਾ ਲੱਗਣਾ ਵੀ ਦੁੱਖ ਵਿੱਚ ਜਾਣੇ ਆ ਕਿ ਸੁੱਖ ਵਿੱਚ ਜਾਣੇ ਜਦੋਂ ਤੁਰੀਆਂ ਫੂਕੀਆਂ ਜਾਣੀਆਂ ਤੇ ਮੁਰਦੇ ਜਿਹੜੇ ਆ ਉਹ ਉਠਾ ਲਏ ਜਾਣੇ ਆ ਨਿਆਾਂ ਦੇ ਦਿਨ ਵਾਸਤੇ ਅੱਧੇ ਸੱਜੇ ਤੇ ਅੱਧੇ ਖੱਬੇ ਕੀਤੇ ਜਾਣੇ ਫਿਰ ਖੱਬੇ ਵਾਲਿਆਂ ਨੂੰ ਪਤਾ ਲੱਗੂ ਦੁੱਖ ਕੀ ਹੁੰਦਾ ਤੇ ਸੱਜੇ ਵਾਲਿਆਂ ਨੂੰ ਪਤਾ ਲੱਗੂ ਵੀ ਸੁੱਖ ਕੀ ਹੁੰਦਾ ਇਸ ਜਿਸਮ ਦੇ ਦੁਖਾਂ ਤੇ ਸੁਖਾਂ ਦੇ ਚੱਕਰ ਚੋਂ ਨਿਕਲ ਆਓ ਹੁਣ ਹੁਣ ਉਸ ਚੱਕਰ ਚੋਂ ਬਚਣ ਦੇ ਲਈ ਤਿਆਰ ਹੋ ਜਾਓ ਜਿਸ ਚੱਕਰ ਦੇ ਵਿੱਚ ਵੈਰੀ ਆਪਾਂ ਨੂੰ ਧੱਕਣਾ ਚਾਹੁੰਦਾ ਆ ਜਿਸ ਚੱਕਰ ਵਿਊ ਦੇ ਵਿੱਚ ਉਹ ਫਸਾ ਕੇ ਆਪਾਂ ਨੂੰ ਨਾਸ਼ ਕਰਨਾ ਚਾਹੁੰਦਾ ਉਸ ਚੱਕਰ ਵਿਊ ਤੋਂ ਬਾਹਰ ਆਉਣ ਦੀ ਜ਼ਰੂਰਤ ਆ ਪਰ ਉਹਦੇ ਤੋਂ ਸਿਰਫ ਆਪਾਂ ਨੂੰ ਬਚਾ ਸਕਦਾ ਪਰਮੇਸ਼ਵਰ ਦਾ ਆਤਮਾ ਸਿਰਫ ਤੁਹਾਨੂੰ ਜਿਸਮਾਨੀ ਚੰਗਿਆਈ ਦੇਣ ਦੇ ਲਈ ਪਰਮੇਸ਼ਵਰ ਜੀ ਨੇ ਇਸ ਚਰਚ ਵਿੱਚ ਨਹੀਂ ਸੱਦਿਆ ਮੈਂ ਤੁਹਾਨੂੰ ਦੱਸ ਦਿਆਂ ਪਰਮੇਸ਼ਵਰ ਜੀ ਤੁਹਾਡੀ ਰੂਹ ਨੂੰ ਨਾਸ਼ ਹੋਣ ਤੋਂ ਬਚਾਉਣਾ ਚਾਹੁੰਦੇ ਇਸ ਲਈ ਪਰਮੇਸ਼ਵਰ ਨੇ ਤੁਹਾਨੂੰ ਸੰਸਾਰ ਚੋਂ ਵੱਖਰੇ ਕੀਤਾ ਹੈ ਤੇ ਜੇ ਇਸ ਕੰਮ ਦੇ ਲਈ ਪਰਮੇਸ਼ਵਰ ਨੇ ਸਾਨੂੰ ਸੰਸਾਰ ਚੋਂ ਵੱਖਰੇ ਕੀਤਾ ਉਹ ਕੰਮ ਦਾ ਪੂਰਾ ਹੋਣਾ ਬਹੁਤ ਲਾਜ਼ਮੀ ਆ ਕਿੰਨਾ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਸੋ ਜਵਾਨਾਂ ਦੇ ਲਈ ਵੀ ਪਰਮੇਸ਼ਵਰ ਦਾ ਆਤਮਾ ਤਿਆਰ ਆ ਵਚਨ ਚ ਲਿਖਿਆ ਹੈ हे ਜਵਾਨ ਆਪਣੇ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ ਕਿਉਂ ਕਹਿੰਦਾ ਕਿ ਆਪਣੀ ਜਵਾਨੀ ਦੇ ਵਿੱਚ ਆਪਣੇ ਪਰਮੇਸ਼ਰ ਨੂੰ ਚੇਤੇ ਰੱਖ ਕਿਤੇ ਇਉਂ ਨਾ ਹੋਵੇ ਵੀ ਜਵਾਨੀ ਦੇ ਜੋਸ਼ ਵਿੱਚ ਤੂੰ ਸੰਸਾਰ ਵਾਲੇ ਪਾਪ ਕਰ ਬੈਠੇ ਤੇ ਤੇਰਾ ਰੂਹ ਜਿਹੜਾ ਆ ਉਹ ਨਾਸ਼ ਹੋ ਜਵੇ ਉਹ ਜਵਾਨੀ ਦੇ ਗੁਨਾਹਾਂ ਤੋਂ ਸਾਨੂੰ ਸੰਭਾਲਣਾ ਚਾਹੁੰਦਾ ਇਸ ਲਈ ਉਹ ਕਹਿੰਦਾ ਆ हे ਜਵਾਨ ਆਪਣੇ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ ਫੇ ਕਹਿੰਦਾ ਜਵਾਨ ਆਪਣੀ ਚਾਲ ਨੂੰ ਸਿੱਧਿਆ ਕਿੱਦਾਂ ਰੱਖੇ ਕਹਿੰਦਾ ਤੇਰੇ ਵਚਨ ਦੇ ਦੁਆਰਾ ਇੱਕ ਨੌਜਵਾਨ ਆਪਣੀ ਜਵਾਨੀ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੇ ਫੇ ਉਹ ਜਾਣ ਲੈਂਦਾ ਹੈ ਕਿ ਪਾਪ ਕੀ ਆ ਤੇ ਭਲਾਈ ਕੀ ਆ ਜਦੋਂ ਉਹ ਸੁਚੇਤ ਹੋ ਜਾਂਦਾ ਫਿਰ ਉਹ ਪਾਪ ਨਹੀਂ ਕਰਦਾ ਫੇ ਉਹਦੀ ਚਾਲ ਸਿੱਧੀ ਰਹਿੰਦੀ ਆ ਇਸ ਲਈ ਜਿਹੜੇ ਜਵਾਨ ਆਪਣੀ ਜਵਾਨੀ ਚ ਪਰਮੇਸ਼ਵਰ ਨੂੰ ਚੇਤੇ ਰੱਖਦੇ ਆ ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਲਈ ਤਿਆਰ ਆ ਉਹ ਪਰਮੇਸ਼ਵਰ ਦੇ ਆਤਮਾ ਨੂੰ ਆਪਣੇ ਉੱਤੇ ਲੈ ਸਕਦੇ ਆ ਹallelujah ਕਹਿੰਦਾ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਕਿਹੜੇ ਸੁਪਨੇ ਵੀ ਵੈਰੀ ਆਣ ਕੇ ਤੁਹਾਨੂੰ ਦੱਬੇ ਪਾਈ ਜਾਂਦਾ ਸੁਪਨੇ ਚ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਜਿਹੜੇ ਪਰਮੇਸ਼ਵਰ ਦੇ ਵੱਲੋਂ ਹੋਣਗੇ ਕਿ ਐਦਾਂ ਨਹੀਂ ਐਦਾਂ ਕਰ ਲੋ ਇਦਾਂ ਹੋਣ ਵਾਲਾ ਪਰਮੇਸ਼ਵਰ ਦੇ ਆਤਮਾ ਉਹਨਾਂ ਨੂੰ ਜਿਹੜਾ ਪਰਮੇਸ਼ਵਰ ਦਾ ਆਤਮਾ ਹੈ ਉਹਨਾਂ ਦੇ ਸੁਪਨਿਆਂ ਦੇ ਵਿੱਚ ਆਣ ਕੇ ਸਾਡੇ ਲਈ ਸੁਨੇਹੇ ਦੇਵੇਗਾ। ਇਦਾਂ ਨਹੀਂ ਵੀ ਹੁਣ ਆਪਾਂ ਹੱਥੀ ਨਹੀਂ ਕੋਈ ਕੰਮ ਕਰ ਸਕਦੇ ਤੇ ਪਰਮੇਸ਼ਵਰ ਦੇ ਆਤਮਾ ਨੇ ਸਾਡੇ ਨਾਲ ਗੱਲ ਨਹੀਂ ਕਰਨੀ ਬੁੱਢੇ ਹੋ ਗਏ ਆ। ਕਹਿੰਦਾ ਤੂੰ ਧੋਲਿਆਂ ਤਿੱਕਰ ਮੈਨੂੰ ਸੰਭਾਲੇਂਗਾ। ਉਹ ਬੁੜਾਪੇ ਦੇ ਵਿੱਚ ਵੀ ਤੁਹਾਡੇ ਅੰਗ ਸੰਗਿਆ ਤੁਹਾਡਾ ਮਦਦਗਾਰਿਆ ਤੁਹਾਡੀ ਤੁਹਾਡੀ ਪਾਲਣਾ ਕਰਨ ਦੇ ਲਈ ਤਿਆਰ ਹਾਂ ਸੋ ਬੁਢਾਪੇ ਵਿੱਚ ਵੀ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਸਕਦਾ ਹੈ ਤੁਸੀਂ ਲੈ ਸਕਦੇ ਹਾਂ ਬਸ ਆਪਣੀ ਚਾਲ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ ਆਪਣੀਆਂ ਡੋਰਾਂ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿਓ ਜਿਹੜੀ ਆਪਾਂ ਨਫ਼ਰਤ ਕਰਦੇ ਹਾਂ ਆਪਣੇ ਗਵਾਂਡੀਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਭੈਣਾਂ ਭਰਾਵਾਂ ਦੇ ਨਾਲ ਤੁਸੀਂ ਸੋਚੋ ਜੇ ਆਪਾਂ ਮਰ ਗਏ ਕੀ ਉਹ ਨਫ਼ਰਤ ਆਪਾਂ ਨੂੰ ਸਵਰਗ ਨੂੰ ਲੈ ਕੇ ਜਾ ਸਕਦੀ ਆ ਤੇ ਜਿਹੜੀ ਚੀਜ਼ ਆਪਾਂ ਨੂੰ ਸਵਰਗ ਨਹੀਂ ਲੈ ਕੇ ਜਾ ਸਕਦੀ ਫੇ ਆਪਾਂ ਨੂੰ ਛੱਡ ਦੇਣੀ ਚਾਹੀਦੀ ਆ ਸਾਨੂੰ ਸਿਰਫ ਉਹ ਹੀ ਕੰਮ ਕਰਨੇ ਚਾਹੀਦੇ ਜਿਹੜੇ ਸਵਰਗ ਨੂੰ ਲੈ ਕੇ ਜਾਣ ਰੋਟੀ ਖਾਣਾ ਪਾਪ ਨਹੀਂ ਆ ਅਸੀਂ ਰੋਟੀ ਖਾ ਕੇ ਸਵਰਗ ਨੂੰ ਜਾ ਸਕਦੇ ਆ ਪਰ ਲੜਾਈ ਕਰਨਾ ਪਾਪ ਆ ਲੜਾਈ ਕਰਕੇ ਅਸੀਂ ਸਵਰਗ ਨੂੰ ਨਹੀਂ ਜਾ ਸਕਦੇ ਇਸ ਕਰਕੇ ਸਾਨੂੰ ਲੜਾਈ ਨਹੀਂ ਕਰਨੀ ਚਾਹੀਦੀ ਆਪਣੀ ਕਮਾ ਕੇ ਖਾਓਗੇ ਸਵਰਗ ਨੂੰ ਜਾਓਗੇ ਕਿਸੇ ਦੀ ਖੋ ਕੇ ਖਾਓਗੇ ਤਾਂ ਨਰਕ ਨੂੰ ਜਾਓਗੇ ਇਸ ਲਈ ਖੋ ਕੇ ਨਹੀਂ ਖਾਣੀ ਹੱਕ ਦੀ ਖਾਣੀ ਹੈ ਅਸੀਂ ਦੇਖਣਾ ਹੈ ਕਿ ਕਿਹੜੇ ਕੰਮ ਅਸੀਂ ਕਰਦੇ ਆ ਜਿਹੜੇ ਸਾਨੂੰ ਨਰਕ ਨੂੰ ਲੈ ਕੇ ਜਾ ਰਹੇ ਆ ਕਿਹੜੇ ਕੰਮ ਅਸੀਂ ਕਰਦੇ ਜਿਹੜੇ ਸਾਨੂੰ ਸਵਰਗ ਨੂੰ ਲੈ ਕੇ ਜਾ ਸਕਦੇ ਇਸ ਲਈ ਹਰੇਕ ਉਹ ਕੰਮ ਛੱਡ ਦੇਣਾ ਜਿਹੜਾ ਸਾਨੂੰ ਨਰਕ ਨੂੰ ਲੈ ਕੇ ਜਾਂਦਾ ਹੈ ਬੁਰਾ ਬੋਲਣਾ ਤੁਹਾਡੇ ਮਸਾਂ ਨੂੰ ਕਟਾ ਦਿੰਦਾ ਹੈ ਪੱਦਾ ਮਜ਼ਾਕ ਕਰਨਾ ਜਦੋਂ ਅਸੀਂ ਖਰਾਬ ਅੱਖਰ ਬੋਲ ਕੇ ਮਜ਼ਾਕ ਕਰਦੇ ਹਾਂ ਕਈ ਵਾਰੀ ਆਦਮੀਆਂ ਨੂੰ ਆਦਤ ਹੁੰਦੀ ਹੈ ਜਿੱਦਾਂ ਆਪਣੀ ਵਾਈਫ ਦੀ ਸਿਸਟਰ ਜਿਹਨੂੰ ਆਪਾਂ ਸਾਲੀ ਕਹਿ ਸਕਦੇ ਹਾਂ ਉਹਦੇ ਬਾਰੇ ਵਿੱਚ ਕੋਈ ਗੱਲ ਕਰਕੇ ਗਲਤ ਜਿਹਾ ਮਜ਼ਾਕ ਕਰਨਾ ਭਾਵੇਂ ਉਹਨਾਂ ਦੇ ਮਨ ਵਿੱਚ ਕੁਛ ਨਾ ਹੋਵੇ ਪਰ ਇਹ ਗਲਤ ਅੱਖਰਾਂ ਦੇ ਨਾਲ ਮਜ਼ਾਕ ਕਰਨਾ ਜਾਂ ਔਰਤ ਆਪਣੇ ਹਸਬੰਦ ਦੇ ਰਿਸ਼ਤੇਦਾਰਾਂ ਦੇ ਬਾਰੇ ਵਿੱਚ ਕੋਈ ਗਲਤ ਅੱਖਰਾਂ ਦੇ ਨਾਲ ਮਜ਼ਾਕ ਕਰਨਾ ਤੁਸੀਂ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਉਹ ਮਜ਼ਾਕ ਉਹ ਕਿਨੌਣੇ ਅੱਖਰ ਉਹ ਕਿਨੌਣੀਆਂ ਗੱਲਾਂ ਉਹ ਅਲਫਾਜ਼ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਮਸਾਂ ਨੂੰ ਕਟਾ ਦਿੰਦੇ ਆ ਉਹ ਸਾਡੇ ਉੱਤੇ ਪਰਮੇਸ਼ਵਰ ਦੇ ਆਤਮਾ ਨੂੰ ਔਨ ਨਹੀਂ ਦਿੰਦੇ ਉਦੋਂ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲ ਕਰਨੀ ਬੰਦ ਕਰ ਦਿੰਦਾ ਜਦੋਂ ਅਸੀਂ ਉਹ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੰਨੇ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ ਕਈ ਵਾਰੀ ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਖੜੇ ਹੁੰਨੇ ਆਂ ਕਈ ਵਾਰੀ ਅਸੀਂ ਆਪਣੀਆਂ ਸਹੇਲੀਆਂ ਭੈਣਾ ਗਵੰਡਣਾ ਦੇ ਝੁੰਡ ਵਿੱਚ ਹੁੰਨੇ ਆਂ ਪਰ ਅਸੀਂ ਉੱਥੇ ਨੌਨਸੈਂਸ ਗੱਲਾਂ ਕਰਦੇ ਜਿਨ੍ਹਾਂ ਦਾ ਕੋਈ ਅਰਥ ਭਾਵ ਨਹੀਂ ਆ ਬਸ ਆਪਣੇ ਚਿੱਤ ਨੂੰ ਖੁਸ਼ ਕਰਨ ਦੇ ਲਈ ਪਰ ਉੱਥੇ ਕੀਤੇ ਜਾਣ ਵਾਲੇ ਪੱਦੇ ਮਜ਼ਾਕ ਪੱਦੀਆਂ ਗੱਲਾਂ ਚੁਗਲੀਆਂ ਹਰਾਮਕਾਰੀ ਵਾਲੀਆਂ ਗੱਲਾਂ ਅੱਖਾਂ ਨਾਲ ਕੀਤਾ ਹੋਇਆ ਗੁਨਾਹ ਮਨ ਦੇ ਵਿਚਾਰਾਂ ਨਾਲ ਕੀਤਾ ਹੋਇਆ ਗੁਨਾਹ ਜੁਬਾਨ ਦੇ ਨਾਲ ਕੀਤੀਆਂ ਹੋਈਆਂ ਜੜੀਆਂ ਪਾਪ ਦੀਆਂ ਗੱਲਾਂ ਉਹ ਸਾਰੀਆਂ ਸਾਡੇ ਮਸਾਂ ਨੂੰ ਘਟਾਉਂਦੀਆਂ ਆ। ਅਗਰ ਤੁਸੀਂ ਚਾਹੋ ਨੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆ ਜਾਏ ਆਪਣੇ ਮੂੰਹ ਨੂੰ ਲਗਾਮ ਪਾਉਣੀ ਪੈਣੀ ਆ। ਆਪਣੀਆਂ ਸੋਚਾਂ ਨੂੰ ਲਗਾਮ ਪਾਉਣੀ ਪੈਣੀ ਆ। ਆਪਣੇ ਮਨ ਦੇ ਵਿਚਾਰਾਂ ਨੂੰ ਲਗਾਮ ਪਾਉਣੀ ਪੈਣੀ ਆ। ਆਉਣਗੇ ਬੁਰੇ ਵਿਚਾਰ ਵੈਰੀ ਭੇਜੇਗਾ ਉਸੇ ਵਿਲੇ ਉਹਨਾਂ ਨੂੰ ਕੱਟ ਕਰਨਾ ਹੈ ਮੈਂ ਇਸ ਭੱਦੇ ਵਿਚਾਰ ਨੂੰ ਨਹੀਂ ਲੈਂਦਾ ਕਿਉਂਕਿ ਇਹ ਵੈਰੀ ਦੇ ਵੱਲੋਂ ਆ ਮੈਨੂੰ ਕੈਨਸਲ ਕਰਦਾ ਉਹਨੂੰ ਉਦੋਂ ਹੀ ਤੱਕ ਦਿਓ ਪਿੱਛੇ ਨੂੰ ਕਿਸੇ ਦੇ ਲਈ ਕੁਝ ਗਲਤ ਵਿਚਾਰ ਆਉਂਦਾ ਸੋਚ ਕੇ ਖੁਸ਼ ਨਹੀਂ ਹੁਣ ਉਦੋਂ ਹੀ ਉਹਨੂੰ ਕੈਨਸਲ ਕਰਨਾ ਹੈ ਜੇ ਤੁਸੀਂ ਚਾਹੋ ਨੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਆਏ ਕਿਉਂਕਿ ਆਤਮਾ ਤਿਆਰ ਆ ਸਰੀਰ ਹੀ ਕਮਜ਼ੋਰ ਆ ਇਹਦੀਆਂ ਹੀ ਖੁਆਇਸ਼ਾਂ ਇੰਨੀਆਂ ਆ ਕਿ ਇਹ ਉਹਨੂੰ ਲੈਣਾ ਨਹੀਂ ਚਾਹੁੰਦਾ ਕਿਉਂਕਿ ਇਹ ਇਹ ਜਾਣਦਾ ਆ ਕਿ ਜੇ ਮੈਂ ਪਰਮੇਸ਼ਵਰ ਦਾ ਆਤਮਾ ਲੈਣਾ ਮੈਨੂੰ ਵੀ ਵਿਚਾਰ ਕਰਨਾ ਛੱਡਣਾ ਪੈਣਾ ਜੇ ਮੈਂ ਪਰਮੇਸ਼ਵਰ ਦੇ ਆਤਮਾ ਨੂੰ ਲੈਣਾ ਆ ਮੈਨੂੰ ਝੂਠ ਬੋਲਣਾ ਛੱਡਣਾ ਪੈਣਾ ਮੈਨੂੰ ਹਰਾਮਕਾਰੀਆਂ ਲੜਾਈਆਂ ਜਨਾਹਕਾਰੀਆਂ ਗੁੰਡੇਗਰਦੀਆਂ ਮੈਨੂੰ ਛੱਡਣੀਆਂ ਪੈਣੀਆਂ ਇਸ ਲਈ ਸੋਚਦਾ ਹੱਲੇ ਬਹੁਤ ਟਾਈਮ ਪਿਆ ਆ ਹੱਲੇ ਤਾਂ ਮੈਂ 30 ਕ ਸਾਲਾਂ ਦਾ ਆ ਹੱਲੇ ਤਾਂ ਮੈਂ 25 ਕ ਸਾਲਾਂ ਦਾ ਮੈਂ 50 ਕ ਸਾਲਾਂ ਦਾ ਆ ਹੱਲੇ ਜਦੋਂ 10 ਕ ਸਾਲ ਰਹਿ ਜੂਗੇ 4 ਕ ਸਾਲ ਰਹਿ ਜੂਗੇ ਫੇਰ ਕਰ ਲਾਂਗੇ ਰੱਬ ਰੱਬ ਫੇਰ ਰੱਬ ਰੱਬ ਹੀ ਕਰਨਾ ਤੁਹਾਨੂੰ ਕਹਿਣ ਲਿਖ ਕੇ ਦਿੱਤਾ ਵੀ ਤੁਸੀਂ 80ਵੇਂ ਸਾਲ ਚ ਪੁੰਚਣਾ ਹੈ ਪ੍ਰਭੂ ਕਿਰਪਾ ਕਰੇ ਕਿ ਤੁਸੀਂ 120 ਸਾਲਾਂ ਦੇ ਹੋਮੋ ਪਰ ਤੁਹਾਨੂੰ ਕਲੀਅਰ ਤੇ ਨਹੀਂ ਆ ਨਾ ਕਿ ਤੁਸੀਂ ਕਿੰਨੇ ਸਾਲ ਰਹਿਣਾ ਮੈਂ ਕਿੰਨੇ ਸਾਲ ਰਹਿਣਾ ਹੈ ਆਪਣੀ ਤਿਆਰੀ ਇਦਾਂ ਹੀ ਰੱਖੋ ਕਿ ਮੈਂ ਨਹੀਂ ਜਾਣਦਾ ਅਗਲਾ ਪਲ ਮੇਰੇ ਕੋਲ ਹੈਗਾ ਕਿ ਨਹੀਂ ਜੇ ਮੈਂ ਇਸੇ ਪਲ ਮੈਨੂੰ ਇਸ ਧਰਤੀ ਨੂੰ ਛੱਡਣਾ ਪਵੇ ਤਾਂ ਮੇਰਾ ਨੇਕੀਆਂ ਵਾਲਾ ਪੱਲਾ ਭਾਰੀ ਹੋਣਾ ਚਾਹੀਦਾ ਆ ਮੇਰਾ ਨੇਕੀਆਂ ਵਾਲਾ ਪੱਲਾ ਐਨ ਝੁਕਿਆ ਹੋਇਆ ਹੋਵੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹਾਲੇਲੂਇਆ ਆਤਮਾ ਤਿਆਰਿਆ ਜਿਸਮ ਦੁਰਬਲਿਆ ਇਹ ਆਪਣੀਆਂ ਖਵਾਇਸ਼ਾਂ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਮੇਰੇ ਭੈਣੋ ਪ੍ਰਾਵੋ ਇੱਕ ਵਾਰੀ ਇੱਕ ਵਾਰੀ ਜਿਸਮਾਨੀ ਖੁਆਇਸ਼ਾਂ ਤੋਂ ਤੌਬਾ ਕਰਕੇ ਦੇਖੋ ਆਤਮਿਕ ਖੁਆਇਸ਼ਾਂ ਦੀ ਜਦੋਂ ਤੁਹਾਨੂੰ ਪਹਿਚਾਣ ਹੋ ਗਈ ਜਿਸਮਾਨੀ ਖੁਆਇਸ਼ਾਂ ਤੇ ਉਹਨਾਂ ਅੱਗੇ ਸਵਾ ਜਿੰਨੀਆਂ ਵੀ ਜੜੀਆਂ ਆ ਉਹ ਮਾਇਨੇ ਨਹੀਂ ਰੱਖਦੀਆਂ ਇਹ ਤਾਂ ਕੁਝ ਵੀ ਨਹੀਂ ਆ ਇੱਕ ਟੋਲੇ ਟੋਲੇ ਸੋਨੇ ਨੂੰ ਤਰਸਦੇ ਆ ਨਾ ਜਿੱਦਣ ਆਤਮਿਕ ਖੁਆਇਸ਼ਾਂ ਮਿਲ ਗਈਆਂ ਨਾ ਤੁਸੀਂ ਸੋਨੇ ਦੀਆਂ ਸੜਕਾਂ ਦੇ ਤੁਰਨ ਵਾਲੇ ਹੋ ਜਾਣਾ ਹallelujah ਕਿੱਲੋ ਸੇਵ ਲਿਓਣੇ ਹੋਣ ਨਾ ਘਰ ਨੂੰ ਤਾਂ ਵੀ ਵਰੀ ਭਾਅ ਪੁੱਛਣਾ ਪੈਂਦਾ ਵੀ ਕਿੰਨੇ ਨੂੰ ਕਿਲੋ ਆ ਤੇ ਲੱਗਦੀ ਬਾਹ ਨੂੰ ਜਿੱਥੋਂ ਸਸਤੇ ਮਿਲਣ ਬੰਦਾ ਉੱਥੋਂ ਖਰੀਦਦਾ ਆ ਤੇ ਇੱਕ ਵਾਰੀ ਆਤਮਕ ਖੁਆਇਸ਼ਾਂ ਕਰਕੇ ਦੇਖੋ ਤੁਸੀਂ ਰੂਹ ਦੇ ਫਲਾਂ ਨਾਲ ਇਹੋ ਜੇ ਲੱਦੇ ਜਾਣਾ ਵੀ ਲੋਕੀ ਵੀ ਤੋੜ-ਤੋੜ ਕੇ ਖਾਣਗੇ ਤੇ ਸਵਰਗਾਂ ਨੂੰ ਜਾਣਗੇ ਇੱਕ ਵਾਰੀ ਜਿਸਮਾਨੀ ਖੁਆਇਸ਼ਾਂ ਨੂੰ ਛੱਡ ਕੇ ਦੇਖੋ ਮਨ ਬਣਾਉਣਾ ਬਸ ਮਨ ਕਿ ਪ੍ਰਭੂ ਤੁਸੀਂ ਸਾਨੂੰ ਆਜ਼ਾਦ ਕਰ ਸਕਦੇ ਜਿਸਮਾਨੀ ਖੁਆਇਸ਼ਾਂ ਤੋਂ ਪ੍ਰਭੂ ਤੁਸੀਂ ਸਾਨੂੰ ਇਸ ਸੰਸਾਰ ਦੀ ਈਰਖਾ ਤੋਂ ਆਜ਼ਾਦ ਕਰ ਸਕਦੇ ਹਾਂ ਮੇਰੇ ਅੱਗੋਂ ਭਿੰਨ ਭੇਤ ਮੁੱਕ ਜਾਏ ਪ੍ਰਭੂ ਉੱਚੇ ਤੇ ਨੀਵੇਂ ਦਾ ਜਾਤ ਤੇ ਪਾਤ ਦਾ ਕਾਲੇ ਤੇ ਗੋਰੇ ਦਾ ਅਮੀਰ ਤੇ ਗਰੀਬ ਦਾ ਪ੍ਰਭੂ ਇੱਕ ਵਾਰੀ ਮੈਨੂੰ ਇਸ ਭਿੰਨ ਭੇਤ ਚੋਂ ਕੱਢ ਲਓ ਪ੍ਰਭੂ ਇੱਕ ਵਾਰੀ ਮੈਨੂੰ ਧਨ ਦੇ ਲਾਲਚ ਚੋਂ ਕੱਢ ਲਓ ਪ੍ਰਭੂ ਇੱਕ ਵਾਰੀ ਮੈਨੂੰ ਰੁਤਬੇ ਦੇ ਲਾਲਚ ਚੋਂ ਕੱਢ ਲਓ ਅੱਜ ਕੱਲ ਬੰਦਾ ਰੁਤਬੇ ਦਾ ਗੁਲਾਮ ਹੋ ਚੁੱਕਿਆ ਮੇਰਾ ਸਟੇਟਸ ਮੈਨੂੰ ਅਲਾਉ ਨਹੀਂ ਕਰਦਾ ਕਿ ਮੈਂ ਗਰੀਬ ਬੰਦੇ ਦੇ ਲਾਗੇ ਖੜਾ ਐਡੀ ਮਾੜੀ ਸੋਚ ਬਣ ਗਈ ਬੰਦੇ ਦੀ ਕਹਿੰਦਾ ਮੇਰਾ ਸਟੇਟਸ ਅਲਾਉ ਨਹੀਂ ਕਰਦਾ ਕੀ ਸਮਝਦਾ ਆਪਣੇ ਆਪ ਨੂੰ ਯਿਸੂ ਮਸੀਹ ਨਾਲੋਂ ਵੀ ਉੱਚਾ ਸਮਝਣ ਲੱਗ ਗਿਆ ਕਹਿੰਦਾ ਮੇਰਾ ਸਟੇਟਸ ਅਲਾਉ ਨਹੀਂ ਕਰਦਾ ਮੈਂ ਇੱਕ ਮਾਤੜ ਬੰਦੇ ਦੇ ਲਾਗੇ ਖੜਾ ਤੇ ਆਣ ਕੇ ਚਰਚ ਦੇ ਵਿੱਚ ਬੈਠਦਾ ਤੇ ਕਹਿੰਦਾ ਯਿਸੂ ਮੇਰਾ ਰੱਬ ਆ ਯਿਸੂ ਉਹਦਾ ਰੱਬ ਕਦੀ ਨਹੀਂ ਹੋ ਸਕਦਾ ਕਿਉਂਕਿ ਮੇਰਾ ਯਿਸੂ ਗਰੀਬਾਂ ਦੇ ਨਾਲ ਰਹਿੰਦਾ ਸੀ ਗਰੀਬਾਂ ਨਾਲ ਖਾਂਦਾ ਸੀਗਾ ਉਹ ਆਪ ਗਰੀਬ ਬਣ ਗਿਆ ਕਿ ਅਸੀਂ ਤਾਂ ਨਹੀਂ ਬਣ ਜਾਈਏ ਅਗਰ ਅਸੀਂ ਯਿਸੂ ਦੇ ਚੱਲੇ ਤਾਂ ਸਾਡਾ ਸਟੇਟਸ ਇਹੀ ਅਲਾਓ ਕਰਦਾ ਕਹਿੰਦਾ ਅਨਾਥ ਤੇ ਵਿਧਵਾ ਦੀ ਸਾਰ ਲੈ ਜਿੰਨੀ ਦੇਰ ਤੱਕ ਤੁਸੀਂ ਰੁਤਬੇ ਦੇ ਗੁਲਾਮ ਰਹੋਗੇ ਸਟੇਟਸ ਦੇ ਗੁਲਾਮ ਰਹੋਗੇ ਧਨ ਦੇ ਗੁਲਾਮ ਰਹੋਗੇ ਮਨ ਦੇ ਗੁਲਾਮ ਰਹੋਗੇ ਜਿਸਮਾਨੀ ਖਵਾਇਸ਼ਾਂ ਦੇ ਗੁਲਾਮ ਰਹੋਗੇ ਪਾਕ ਰੂ ਤੁਹਾਡੇ ਉੱਤੇ ਆਉਣਾ ਨਹੀਂ ਪਵਿੱਤਰ ਆਤਮਾ ਤੁਹਾਡੇ ਉੱਤੇ ਆ ਨਹੀਂ ਸਕਦਾ ਇਸ ਲਈ ਸਾਨੂੰ ਇਸ ਗੁਲਾਮੀ ਚੋਂ ਆਜ਼ਾਦ ਹੋਣਾ ਪੈਣਾ ਅੱਜ ਅਸੀਂ ਕੇਸਟਰੀਜ਼ ਨੂੰ ਸਮਝਦੇ ਹਾਂ ਆਜ਼ਾਦ ਹੋਣ ਦੇ ਲਈ ਵੀ ਸਾਡੀਆਂ ਜਿਹੜੀਆਂ ਚੀਕਾਂ ਨਿਕਲਦੀਆਂ ਉਹ ਬੰਦ ਹੋ ਜਾਣ ਜਿਹੜੇ ਸਾਨੂੰ ਭੂਤ ਨਜ਼ਰ ਆਉਂਦੇ ਉਹ ਬੰਦ ਹੋ ਜਾਣ ਉਹਨਾਂ ਭੂਤਾਂ ਦੇ ਨਾਲੋਂ ਵੱਧ ਖਤਰਨਾਕ ਸਾਡੇ ਮਨ ਦੇ ਵਿਚਾਰ ਆ ਜਿਹੜੇ ਪੂਤਨਿਆਂ ਵਰਗੇ ਆ ਜਿਹੜੇ ਸਾਨੂੰ ਘਟ ਤੇ ਦੂਜਿਆਂ ਨੂੰ ਵੱਧ ਸਤਾਉਂਦੇ ਆ ਪਰ ਪਰਮੇਸ਼ਵਰ ਸਾਨੂੰ ਸਤਾਉਣ ਵਾਲੇ ਨਹੀਂ ਸੁਖ ਦੇਣ ਵਾਲੇ ਵੇਖਣਾ ਚਾਹੁੰਦਾ ਹੈ ਹallelujah ਕਹਿੰਦਾ ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਹੀ ਦਿਨ ਹੀ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ ਹੁਣ ਪਰਮੇਸ਼ਵਰ ਨੇ ਪ੍ਰੋਮਿਸ ਕੀਤਾ ਜਿਹੜੇ ਪਰਮੇਸ਼ਵਰ ਦੇ ਚੇਲੇ ਆ ਪਰਮੇਸ਼ਵਰ ਦੇ ਦਾਸ ਜਾਂ ਦਾਸੀਆਂ ਉਹਨਾਂ ਦੇ ਉੱਤੇ ਪਰਮੇਸ਼ਵਰ ਜੀ ਆਪਣੀ ਆਤਮਾ ਨੂੰ ਵਹਾ ਦੇਣਗੇ ਉਹਨਾਂ ਦਾਸਾਂ ਦਾਸੀਆਂ ਦੇ ਉੱਤੇ ਜਿਨ੍ਹਾਂ ਦੇ ਜੀਵਨ ਵਕਤੇ ਹੀ ਦਾਸਾਂ ਤੇ ਦਾਸੀਆਂ ਵਾਲੇ ਹੋਣਗੇ ਇਹ ਨਹੀਂ ਕਿ ਨਾਮ ਦੇ ਦਾਸ ਤੇ ਅੰਦਰੋਂ ਗੁੰਡੇ ਬਿਲਕੁਲ ਨਹੀਂ ਵਕਿਆ ਦੇ ਵਿੱਚ ਹੀ ਜਿਹੜੇ ਦਾਸ ਹੋਣਗੇ ਦਾਸ ਦਾ ਮਤਲਬ ਹੁੰਦਾ ਆਪਣੇ ਮਾਲਕ ਦੇ ਪ੍ਰਤੀ ਸੰਪੂਰਨ ਵਸਾਧਾਰ ਹੋਣਾ ਆਪਣੇ ਮਾਲਕ ਦੇ ਹਰੇਕ ਹੁਕਮ ਦੀ ਤਾਬਿਆਦਾਰੀ ਕਰਨਾ ਉਹ ਹੁੰਦਾ ਦਾਸ ਤੇ ਜਿਹੜੇ ਦਾਸ ਤੇ ਦਾਸੀਆਂ ਹੋਣਗੇ ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਉੱਤੇ ਜ਼ਰੂਰ ਵਹਿ ਜਾਏਗਾ ਔਰ ਉਹ ਅਗੰਮ ਵਾਕ ਕਰਨਗੇ ਫੇਰ ਪਰਮੇਸ਼ਵਰ ਆਉਣ ਵਾਲੇ ਸਮੇਂ ਦੀਆਂ ਭੇਤਾਂ ਨੂੰ ਉਹਨਾਂ ਦੇ ਉੱਤੇ ਪ੍ਰਗਟ ਕਰਨਗੇ ਔਰ ਉਹ ਬੋਲਣਗੇ ਤੇ ਪਰਮੇਸ਼ਵਰ ਦੀ ਪਰਜਾ ਨੂੰ ਦੱਸਣਗੇ ਉਹਦੇ ਬਾਅਦ ਦੇ ਵਿੱਚ ਕਿਆਮਤ ਕਿਹੋ ਜੀ ਆ ਕਹਿੰਦਾ ਅਤੇ ਮੈਂ ਉਤਾਹਾ ਆਕਾਸ਼ ਵਿੱਚ ਅਚੰਬੇ ਔਰ ਹਿਟਾਂ ਧਰਤੀ ਉੱਤੇ ਨਿਸ਼ਾਨ ਲਹੂ ਤੇ ਅਗਨ ਤੇ ਧੂਏ ਦੇ ਬੱਦਲ ਵਿਖਾਵਾਂਗਾ ਧਰਤੀ ਦੇ ਉੱਤੇ ਇਹੋ ਜਿਹੇ ਭਿਆਨਕ ਨਿਸ਼ਾਨ ਹੋਣਗੇ ਕਿ ਲਹੂ ਅਗਨ ਤੇ ਧੂਏ ਦੇ ਬੱਦਲ ਇੰਨਾ ਅਤਿਆਚਾਰ ਇੰਨਾ ਪਰਧੂ ਬੇਜੂਗਾ ਇਸ ਧਰਤੀ ਦੇ ਉੱਤੇ ਇਨੀ ਕਿਆਮਤ ਆਜੂਗੀ ਇਸ ਧਰਤੀ ਦੇ ਉੱਤੇ ਕਿ ਚਾਰ ਸ਼ਫੇਰਾ ਜਿਹੜਾ ਆ ਉਹ ਭਿਆਨਕ ਹੋ ਜਾਊਗਾ ਬੱਦਲ ਜਿਹੜੇ ਆ ਉਹਨਾਂ ਦਾ ਰੂਪ ਜਿਹੜਾ ਆ ਉਹ ਭਿਆਨਕ ਹੋ ਜਾਊਗਾ ਕਹਿੰਦਾ ਪ੍ਰਭੂ ਦੇ ਵੱਡੇ ਤੇ ਪ੍ਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਔਰ ਚੰਦ ਲਹੂ ਹੋ ਜਾਵੇਗਾ ਅਤੇ ਇਉਂ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ ਬਚਾਇਆ ਜਾਵੇਗਾ ਇੰਨੀ ਕਿਆਮਤ ਦੇ ਵਿੱਚ ਵੀ ਜਿਹੜਾ ਪਰਮੇਸ਼ਵਰ ਦਾ ਨਾਮ ਲਊਗਾ ਉਹ ਬਚਾਇਆ ਜਾਊਗਾ ਹallelujah ਇਸ ਲਈ ਪਰਮੇਸ਼ਵਰ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਬਾਈਬਲ ਦੇ ਵਿੱਚ ਉਹ ਪਵਿੱਤਰ ਨਾਮ ਜਿਹੜਾ ਆ ਉਹ ਯਿਸੂ ਨਾਮ ਦੱਸਿਆ ਗਿਆ ਆ ਸੈਨਾਵਾਂ ਦਾ ਯਹਵਾ ਸਾਡਾ ਪਰਮੇਸ਼ਵਰ ਉਹਦਾ ਭੈ ਮੰਨਣਾ ਸ਼ੁਰੂ ਕਰੋ ਉਹਦੀ ਆਗਿਆਕਾਰੀ ਕਰਨੀ ਸ਼ੁਰੂ ਕਰੋ ਔਰ ਮੈਂ ਦੁਆ ਕਰਦੀ ਕਿ ਪਰਮੇਸ਼ਵਰ ਦਾ ਆਤਮਾ ਇਸ ਕਲਿਸੀਆ ਦੇ ਉੱਤੇ ਬਹੁਤ碍ਤ ਦੇ ਨਾਲ ਵਹਿ ਜਾਏ ਔਰ ਇੱਕ ਇੱਕ ਬਦਨ ਪਰਮੇਸ਼ਵਰ ਦੇ ਆਤਮਾ ਨੂੰ ਰਿਸੀਵ ਕਰੇ ਇੱਕ ਇੱਕ ਰੂਹ ਪਰਮੇਸ਼ਵਰ ਦੇ ਰੂਹ ਦੇ ਵਿੱਚ ਰੰਗਿਆ ਜਾਏ ਪਰਮੇਸ਼ਵਰ ਦਾ ਆਤਮਾ ਇਦਾਂ ਆਏ ਕਿ ਲੋਕ ਹੋਰਾਂ ਜ਼ੁਬਾਨਾਂ ਦੇ ਵਿੱਚ ਬੋਲਣਾ ਸ਼ੁਰੂ ਕਰ ਦੇਣ ਬਹੁਤੇ ਉਹਨਾਂ ਦਾ ਤਰਜਮਾ ਕਰਨ ਔਰ ਬਹੁਤ ਸਾਰੇ ਨਬੂਅਤ ਕਰਨ ਅਗੰਗ ਵਾਕ ਕਰਨ ਰੋਗੀਆਂ ਸ਼ਿਫਾ ਦੇਣ ਵਾਲੇ ਹੋ ਜਾਣ ਔਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਭੂਤਾਂ ਦੇ ਜਕੜੇ ਆਜ਼ਾਦ ਮਤੇ ਪ੍ਰਚਾਰਕ ਬਣਨ ਖੁਸ਼ਖਬਰੀ ਦਾ ਪ੍ਰਚਾਰ ਕਰਨ ਉਪਦੇਸ਼ਕ ਬਣਨ ਗੁਰੂ ਬਣਨ ਸਿੱਖਿਆ ਦੇਣ ਵਾਲੇ ਬਣਨ ਅਰ ਪਰਮੇਸ਼ਵਰ ਦਾ ਆਤਮਾ ਸਭਨਾ ਗੱਲਾਂ ਦੇ ਵਿਖੇ ਇਸ ਕਲਿਸੀਆ ਦੀ ਅਗਵਾਈ ਕਰੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡੋਲ ਖੋਜੇਵਾਲਾ ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ फॉलो करो सा फेसबुक पेज पास्टर डोल खोजेवाला जीसस हीलिंग मिनिस्ट्री सत्संग दा समा हर ऐतवार अते हर वीरवार सवेरे दस बजे तो दो बजे तक प्रार्थना करवाण अते होर जानकारी ली तुसे साढ़े इस नंबर ते संपर्क कर सकते हो जीरो अठारह बाई पांच सौ सोलह सात